ਅਸਲਾਮ ਅਲੈਕੁਮ ਜੀ। ਇਹ ਅੱਜ ਮੈਂ ਆਪਣੇ ਪੁਰਾਣੀ ਜਨਾਬ ਪੁਰਾਣਾ ਗ੍ਰਾਂ ਜਿਹੜਾ ਹੋਣਾ ਸੀ ਸਾਡਾ, ਜਿੱਥੇ ਅਸਾਂ ਜੰਮੇ ਪਲੇ, ਬਚਪਨ ਲੜਕਪਨ ਅਤੇ ਫਿਰ ਜਵਾਨੀ ਨਾ ਕਾਫੀ ਪੈਰ ਇੱਥੇ ਗੁਜ਼ਰਿਆ ਇਹਨਾਂ ਜੁਹੀਆਂ 'ਚ, ਇਹਨਾਂ ਰਸਤਿਆਂ 'ਚ ਸਕੂਲ ਜਾਣੇ, ਇੱਧਰ ਗਰਾਊਂਡ ਖੇਡਣੇ ਛੇਡਣੇ ਸਾਰਾ ਰਸਤਾ ਸਾਰਾ ਹੋਣਾ ਸੀ। ਅਤੇ ਰਾਹ ਸਿੱਧਾ ਇਹ ਬਨੋ, ਇਹ ਬੰਨਾ ਜਿਹੜਾ ਦਿਸਣਾ ਸਿੱਧਾ ਉਹ ਪਾਰ ਛੱਪੜੀ ਜਾਣਾ ਸੀ ਪਾਰ। ਅਤੇ ਇਹ ਬਾਗ ਲੱਗੇ ਹੋਣਾ ਸੀ ਇਹ ਬਾੜੀ 'ਚ, ਅਤੇ ਟੈਂਕੀ ਹੈ ਨਾਲ, ਇਹ ਖੂਹ ਹੈ ਇਹ ਨਾਲ, ਕਬਰਿਸਤਾਨ ਅਤੇ ਪਾਰ ਰਾਠੀਆਂ ਗ੍ਰਾਂ। ਅਤੇ ਇਹ ਖੂਹ ਜਨਾਬ ਹੁਣ ਤਾਂ ਅਸੀਂ ਤਕੜੀ ਨੂੰ ਡਰ ਲੱਗਣਾ ਤੋਲਿਆ ਸਾਡਾ ਜਾਣਾ, ਹੁਣ ਸਾਈਂ ਸਾਈਂ ਸੀ ਅਸਾਂ ਆਉਣੇ ਹਾਂ। ਤੋ ਯਕੀਨ ਕਰੋ ਗੈਂਦ ਸਾਡਾ ਇੱਥੇ ਨਿੱਕੇ ਹੋਣੀ ਖੇਡਣੇ ਜਾਣਾ ਹੁਣ ਸੀ, ਧੁੱਪ ਨੂੰ ਉੱਚੇ ਉੱਚੇ ਜਾਂ ਨਾਉਣ ਸੀ ਜਾਣਾ ਇਹਨਾਂ ਸੀੜੀਆਂ ਉਰਜਾਈ। ਇਹ ਪਾਰ ਬੰਨ ਹੋਣੀ ਸੀ ਬੰਨੀ ਮੋੜਾ, ਮਾਸਟਰ ਸੀ ਇੱਥੇ। ਅਤੇ ਇਹ ਜਨਾਬ ਇਹ ਜਿਹੜੀ ਸਾਡੀ ਭੁੱਲੀ ਬਸਤੀ ਸੀ ਨਾਨਕਿਆਂ ਮਾੜਿਆਂ ਨੇ, ਉੱਥੇ ਤੱਕੜ ਕੁਸੇ ਦੌਰ 'ਚ ਸਾਡੇ ਨਾਨਾ ਇੱਥੇ ਚਿੜੀ ਜੀ ਪਾਰ ਨਹੀਂ ਸਰ ਮਾਰ ਦੇਣੇ, ਅਤੇ ਹੁਣ ਕਿਤੋਂ ਕਿਤੋਂ ਵਾਹ ਮੱਛੀ ਹੈ ਇੱਥੇ ਵੇਲਿਆਂ 'ਚ ਖੇਡਣੀ ਹੈ। ਅਤੇ ਇਹ ਇੱਥੇ ਉਹਨਾਂ ਨੂੰ ਵਿਹੜਾ ਆਉਣਾ ਸੀ, ਅਤੇ ਉਹ ਕਿ ਭਰਾਈ ਚਾਹੀ ਥੋੜ੍ਹਾ ਡਾਊਨ ਹੋਈ ਗਿਆ, ਲੇਕਿਨ ਵਿਹੜਾ ਆਉਣਾ ਸੀ ਇਹਨਾਂ ਨੇ ਇੱਥੇ। ਹੁਣ ਤਾਂ ਪਤਾ ਹੀ ਕੋਈ ਲੱਗਣਾ ਇੱਥੇ ਕੋਈ ਰਹਿਣਾ ਵੀ ਹੈ ਸੀ ਜਾਂ ਨਹੀਂ। ਅਤੇ ਇਹ ਪੁੰਨ ਇੱਥੇ ਵੀ ਨਾਲ ਖੂਹ ਹੈ ਜਿਹੜਾ ਨਾਨੇ ਖੁਣਿਆ ਸੀ, ਇਸ ਦਾ ਕੋਈ ਸ਼ੁਕਰ ਮੇਲਾ ਲਾਈ ਨਾ। ਇਹ ਜਨਾਬ ਉੱਥੇ ਜਿੱਥੇ ਹੁਣ ਮਕਾਨ ਬਣਾਏ ਨਾ, ਮੈਂ ਕੋਈ ਟੱਕੀ ਜਗ੍ਹਾ ਕੀ ਆਖਣੇ, ਅਤੇ ਕੋਈ ਟੱਕੀ ਜਨਾਬ ਇਹ ਐਸੀ ਜਗ੍ਹਾ ਸੀ ਜੰਗਲ ਜੈਸੀ, ਇੱਥੇ ਦਿਹਾੜੀ ਵੇਚਣੀ ਡਰ ਲੱਗਣਾ ਹੁਣ ਸੀ ਆਵਾਮ ਕੇ। ਅਤੇ ਹੁਣ ਤੱਕ ਹੁਣ ਇੱਥੇ ਜਨਾਬ ਮਕਾਨ ਬਣੀ ਜੀ, ਨਿੱਕੇ ਬੁਨ ਕੱਸੀ ਖੇਡਣ ਗਏ, ਛੁੱਟੀਆਂ ਸਰਦੀਆਂ ਨੀਆਂ, ਇਹ ਮਕਾਨ ਵਾਲੇ ਨਾਲ ਮੈਂ ਬਣਾਏ ਹੋਏ ਨੇ। ਅਤੇ ਇਹ ਮੰਗਲਾ ਡੈਮ ਆਉਣਾ ਇਸ ਕੀ ਤੋੜੋ ਤੋੜਿਆ ਜਿੱਥੇ ਤੇ ਦਰਖਤ ਦਿਸਣੇ ਸੀ ਥੱਲੇ ਸਾਰਾ ਪਾਣੀ ਆਉਣਾ, ਮੰਗਲਾ ਡੈਮ ਆ ਬਿਲਕੁਲ ਅਸਾਂ ਇਹ ਜਿਹਾ ਉੱਪਰ ਰਹਿਣੇ ਹਾਂ।